ਯਾਰ ਤੁਸੀਂ ਇਹ ਖਬਰ ਸੁਣੀ ਹੈ? ਕਹਿੰਦੇ ਕਾਂਗਰਸ ਦੇ ਲੀਡਰ ਦਿੱਲੀ ਦੇ ਵਿੱਚ ਆ ਗੱਲ ਨੂੰ ਲੈ ਕੇ ਸੁਨਿਸ਼ਚਿਤ ਕਰਨ ਲੱਗੇ ਹੋਏ ਆ ਬਈ ਜਿਹੜਾ ਬਜਟ ਦਾ ਲੋਕ ਸਭਾ ਦੇ ਵਿੱਚ ਅਹਿਮ ਮੁੱਦਾ ਇਹਦੇ ਪਰ ਗੱਲਬਾਤ ਹੋਣੀ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਹਿੰਦੇ ਸੋਨੀਆ ਗਾਂਧੀ ਦੇ ਕਾਕਾ ਜੀ ਰਾਹੁਲ ਗਾਂਧੀ ਜੀ ਕਰਨ। ਯਾਰ ਮੈਨੂੰ ਕਾਂਗਰਸ ਵਾਲਿਆਂ ਦੀ ਨਾ ਗੱਲ ਸਮਝ ਨਹੀਂ ਆਉਂਦੀ ਹੈ। ਜਿਹੜਾ ਬੰਦਾ ਯਾਰ ਆਪਣਾ ਵਿਆਹ ਨੀ ਹਜੇ ਤੱਕ ਸੁਨਿਸ਼ਚਿਤ ਕਰ ਸਕਿਆ, ਉਹ ਬੰਦੇ ਤੋਂ ਯਾਰ ਤੁਸੀਂ ਕੀ ਉਮੀਦਾਂ ਰੱਖਦੇ ਆ? ਵੈਸੇ ਪਹਿਲਾਂ ਆਲੂ ਤੋਂ ਸੋਨਾ ਬਣਾਉਂਦਾ ਰਿਹਾ, ਹੁਣ ਪਤਾ ਨੀ ਭਾਈ ਆਲੂ ਤੋਂ ਕੀ ਤਿਆਰ। ਹੈਲੋ, ਹਾਂਜੀ ਹਾਂਜੀ, ਕਾਕਾ ਚੌਕੀਦਾਰ ਬੋਲਦਾ ਜੀ, ਸਿਟੀ ਬਜਾ ਕੇ। ਕੌਣ ਬੋਲਦਾ ਜੀ? ਹੈ ਜੀ ਮਰੋੜਾ। ਮਰੋੜੇ ਢਿੱਡ ਚ ਪੈਂਦੇ ਤਾਂ ਸੁਣੇ ਸੀ, ਆ ਟੈਲੀਫੋਨ ਦੇ ਉੱਪਰ ਪਹਿਲੀ ਵਾਰੀ ਮਰੋੜਾ ਸੁਣਿਆ। ਅੱਛਾ ਤੁਹਾਡਾ ਨਾਂ ਹੈ ਜੀ ਮਰੋੜਾ? ਹਾਂਜੀ 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 ਮਰੋੜਾ ਜੀ। ਅੱਛਾ, ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਬਣੇ ਆ ਜਾਖੜ ਸਾਹਿਬ, ਹਾਂਜੀ ਹਾਂਜੀ ਸੁਨੀਲ ਜਾਖੜ ਜੀ, ਕੀ ਕਹਿੰਦੇ? ਅੱਛਾ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਈ ਪੰਜਾਬ ਭਾਜਪਾ ਦਾ ਵਿਰੋਧ ਜਿਹੜਾ ਕਰਨਾ ਤੁਸੀਂ ਮਰਿਆਦਾ ਚ ਰਹਿ ਕੇ ਕਰਨਾ। ਅੱਛਾ ਜੀ, ਵੈਸੇ ਮਰੋੜਾ ਜੀ ਹੁਣ ਮੇਰੀ ਗੱਲ ਦਾ ਨਾ ਕਈ ਕਾਂਗਰਸੀਆਂ ਨੇ ਗੁੱਸਾ ਕਰਨਾ ਜੇ ਮੈਂ ਬੋਲਿਆ। ਹਾਂ ਹਾਂ ਬੋਲਾ, ਸੁਣੋ ਫਿਰ। ਹੁਣ ਕਾਂਗਰਸ ਵਾਲਿਆਂ ਨੇ ਤਾਂ ਦੇਖ ਲੋ ਯਾਰ, ਗੁਟਕਾ ਸਾਹਿਬ ਹੱਥ ਚੱਕ ਕੇ ਆਪਣੀ ਮਰਿਆਦਾ ਕਿੰਨੀ ਕੁ ਰੱਖੀ ਹੈ ਯਾਰ। ਕਈ ਕੰਮ ਦੇਖ ਲੋ ਪੂਰੇ ਕਰਤੇ, ਕਈ ਹਜੇ ਲਟਕੇ ਪਏ ਆ, ਤੇ ਕਈਆਂ ਦੀ ਉਮੀਦ ਹੈ ਹੀ ਨਹੀਂ। ਬਾਕੀ ਹੁਣ ਯਾਰ ਵਿਰੋਧ ਵੀ ਕਦੇ ਮਰਿਆਦਾ ਚ ਰਹਿ ਕੇ ਹੁੰਦਾ ਯਾਰ? ਹੁਣ ਇਹ ਤਾਂ ਕੱਲ ਨੂੰ ਕਹਿਣਗੇ ਯਾਰ ਵੀ ਪਹਿਲਾਂ ਭਾਜਪਾ ਵਾਲਿਆਂ ਦੇ ਤੁਸੀਂ ਗੁਲਾਬ ਦੇ ਫੁੱਲ ਘੇਰੋ, ਫਿਰ ਉਸ ਤੋਂ ਬਾਅਦ ਤੁਸੀਂ ਥੋੜੇ ਜੇ ਚਮੇਲੀ ਦੇ ਫੁੱਲ ਘੇਰੋ, ਉਸ ਤੋਂ ਬਾਅਦ ਫਿਰ ਤੁਸੀਂ ਉਹਨਾਂ ਦੇ ਹਾਰ ਪਾਓ, ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਵਿਰੋਧ ਕਰਕੇ ਜਾਓ। ਬਾਕੀ ਫਿਕਰ ਨਾ ਕਰੋ, ਤੁਹਾਡਾ ਨੰਬਰ ਵੀ ਆਉਣ ਵਾਲਾ ਜੀ। ਹਾਂਜੀ ਹਾਂਜੀ, ਕਿਉਂਕਿ ਲੋਕਾਂ ਨੇ 5 ਸਾਲ ਦਾ ਹਿਸਾਬ ਜੋ ਤੁਹਾਡੇ ਤੋਂ ਮੰਗਣਾ ਜੀ। ਹਾਂ, ਉਹ ਤਾਂ ਦਿੱਲੀ ਵਾਲਾ ਕੰਮ ਹੀ ਨੀ ਹਜੇ ਨਿਬੜਦਾ, ਜਿੱਦਣ ਉਧਰੋਂ ਵਿਹਲੇ ਹੋ ਕੇ ਆ ਗਏ ਆ ਉਧਰਲੇ ਬੰਦਿਆਂ ਨੇ ਫਿਰ ਤੁਹਾਡੇ ਦੁਆਲੇ ਹੀ ਹੋਣਾ।